सात जी ठीक है जी एक बार मैं दोबारा तो रिपीट कर रहे हैं। पंजाब पब्लिक सर्विस कमीशन ते पंजाब पब्लिक सर्विस कमीशन उपर आप गल कर आए हैं इन्होंने है जी कैब तहसीलदार लेटेस्ट रिक्रूटमेंट इज फॉर नैब तहसीलदार ये बारे गल लग 78 कर लगे हैं सैवनटी एट जॉब्स क्डी हैं नैब तहसीलदार दी फॉर द डिपार्टमेंट ऑफ रेवेन्यू एंड रीहेबिल रेवेन्यू डिपार्टमेंट की कैनाल भी जॉब्स आनी है जी हम बिल्कुल क्लियर आ जाएगी वैल्यू आवाज पहले आवाज नहीं आ रही थी जनरल कैटेगरी ट्वेंटी सैवन है लेटेस्ट गौरमेंट पाब गिंग थर्टी थ्री परसेंट इज रिजर्व फॉर फीमेल कैंडीडेट्स तो स्थ अठ जॉब विमेन लिय है ਈਐਸਐਮ ਦੀ ਗੱਲ ਕਰੀਏ ਸੱਚੋ 3 ਹੈ ਫਰੀडम फाइਟਰ ਲਈ 1 ਹੈ ਸਪੋਰਟਸ ਪਰਸਨ ਲਈ ਕਿ 1-1 ਗਰਲ ਲਈ ਰਿਜ਼ਰਵ ਹੈ 4 ਫਿਜ਼ੀਕਲੀ ਡਿਸੇਬਿਲਟੀ ਲਈ ਹੈ ਉਹਦੇ ਵਿੱਚ ਇੱਕ ਕੁੜੀ ਲਈ ਜੇ ਓਵਰਆਲ ਆਪਾਂ ਗੱਲ ਕਰੀਏ ਤਾਂ 78 ਪੋਸਟ ਨੇ ਤੇ ਇਹਦੇ ਵਿੱਚ ਗਰਲਸ 24 ਐਲੀਜੀਬਲ ਨੇ ਨਹੀਂ ਜੀ ਸਿਰਫ ਪੰਜਾਬ ਡੋਮਿਸਾਈਲ ਜ਼ਰੂਰੀ ਹੈ ਥੈਟ ਇਜ਼ ਪੰਜਾਬ ਡੋਮਿਸਾਈਲ ਜ਼ਰੂਰੀ ਹੈ ਇਹਦੇ ਲਈ ਪੇਸ ਸਕੇਲ ਦੇ ਵਿੱਚ ਜਿਹੜਾ ਮਿਲ ਰਿਹਾ ਜੀ ਇਨੀਸ਼ੀਅਲ ਪੇਸ ਸਕੇਲ 3540 ਦਾ ਮਿਲੋਗਾ दैट इज अगेन द ਰੂਲ ਆਫ ਸੈਂਟਰ ਸੈਂਟਰ ਦਾ ਪੇਸ ਸਕੇਲ ਦੇ ਵਿੱਚ ਲੱਗ ਕੇ ਆ ਰਿਹਾ ਜਿੰਨੇ ਵੀ ਹੁਣ ਐਡਵਰਟਾਈਜ਼ਮੈਂਟ ਆਣ ਗਿਆ ਪੰਜਾਬ ਦੀਆਂ ਸੈਂਟਰ ਦਾ ਪੇਸ ਸਕੇਲ ਲੱਗ ਹੋ ਕੇ ਆਊਗਾ ਉਹਦੇ ਵਿੱਚ ਐਸੈਂਸ਼ੀਅਲ ਕੁਆਲੀਫਿਕੇਸ਼ਨ ਕੀ ਹੈ ਜੀ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੁਸੀਂ ਤੇ ਪੰਜਾਬੀ ਹੋਣੀ ਚਾਹੀਦੀ ਹੈ 10ਵੇਂ ਚ ਠੀਕ ਹੈ ਜੀ ਜਿਹੜੇ ਫੈਨਸ ਪਰਸਨਲ ਹੈ ਤਾਂ ਬੋਨਫਾਈਡ ਹੋਣੇ ਚਾਹੀਦੇ ਆ ਪੰਜਾਬ ਲਈ ਮੈਟ੍ਰਿਕਿਉਲੇਸ਼ਨ 10th ਸਟੈਂਡਰਡ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਜੇ ਵਰਕ ਕਰਿਆ ਹੋਇਆ ਹੈ ਇਸ ਤਰ੍ਹਾਂ ਦਾ ਮਤਲਬ ਕੁਝ ਪ੍ਰੋਫਾਈਲ ਸਾਡੇ ਕੋਲ ਪਹਿਲਾਂ ਤੋਂ ਹੋਣਾ ਚਾਹੀਦਾ ਹੈ ਪੰਜਾਬੀ ਇਕੁਇਲੈਂਟ ਦਾ ਮਤਲਬ ਕੀ ਹੈ ਤੁਸੀਂ ਕਿਸੇ ਲੈਂਗੁਏਜ ਡਿਪਾਰਟਮੈਂਟ ਤੋਂ ਜਾਂ ਟੈਂਸ ਤੋਂ ਤੁਸੀਂ ਕਿਸੇ ਹੋਰ ਮਤਲਬ ਹਿਮਾਚਲ ਜਾਂ ਹਰਿਆਣਾ ਬੋਰਡ ਤੋਂ ਵੀ ਪੰਜਾਬੀ ਕੀਤੀ ਹੈ ਥੈਨ ਅਗੇਨ ਯੂ ਆਰ ਐਲੀਜੀਬਲ ਫਾਰ ਦਾ ਐਗਜ਼ਾਮ ਕਿ ਪੰਜਾਬ ਲਈ ਤੁਸੀਂ ਐਗਜ਼ਾਮ ਲਈ ਫਿਲ ਕਰ ਰਹੇ ਹੋ ਫਾਈਨਲ ਇਅਰ ਵਾਲੇ ਸਟੂਡੈਂਟਸ ਬਾਰੇ ਗੱਲ ਕਰਾਂਗੇ ਵੀ ਫਾਈਨਲ ਇਅਰ ਵਾਲੇ ਸਟੂਡੈਂਟ ਆ ਗਿਆ ਆਪਾਂ ਐਡਵਰਟਾਈਜ਼ਮੈਂਟ ਦੇ ਵਿੱਚ ਦੇਖਦੇ ਹਾਂ एज की हो रही है जी एन टू थर्टी सैवन ईयर एटीन टू थर्टी सैवन ईयरस होनी चाहिए है दो हज़ार इक्की चलते जी हाँ चल जी फाइनल ईयर इस एग्जाम ललीजीबल है जो इस टाइम फाइनल ईयर केट है ज्यादा इस एलिजिबल फॉरथ एग्जाम देखिए जी पैटर्न फिक्स करता है पी पी एससी ने फेफ के पेपर लेंगे मतलब फाइनल ईयर के जेडे जून ट्वेंटी ट्वेंटी के पास आउट है ਜਿਨ੍ਹਾਂ ਦੀ ਡਿਗਰੀ ਨਹੀਂ ਆਈ ਜੇ ਫਾਈਨਲ ਇਅਰ ਦੇ ਐਗਜ਼ਾਮ ਪੈਂਡਿੰਗ ਸੀਗੇ ਫੈਬ ਮਾਰਚ ਤੱਕ ਦਿਸੰਬਰ ਤੱਕ ਉਹਨਾਂ ਦਾ ਆ ਰਿਹਾ दैट आर एलिजिਬਲ ਫਾਰ ਦਾ ਐਗਜ਼ਾਮ ਬਟ ਜੇ ਤੁਸੀਂ 2021 ਪਾਸ ਆਊਟ ਹੋ ਰਹੇ ਹੋ ਤਾਂ ਤੁਸੀਂ एलिजिਬਲ ਨਹੀਂ ਹੋ ਸਟਾਰਟਿੰਗ ਤੋਂ ਹੀ ਜੀ 35400 ਮਿਲੂਗਾ ਜੀ ਕਾਫੀ ਬਾਰ ਸਟੂਡੈਂਟ ਪੁੱਛ ਰਹੇ ਨੇ ਜੀ ਸਟਾਰਟਿੰਗ ਤੋਂ 35400 ਮਿਲੂਗਾ ਇਹ ਸੈਂਟਰ ਦਾ ਪੇ ਸਕੇਲ ਹੈ ਬਟ ਲੇਟਰ ਔਨ ਆਪਣੀ ਸੈਲਰੀ ਕੱਟ ਜੂਗੀ ਐਸ ਕੰਪੇਅਰ ਟੂ ਜੇ ਪੰਜਾਬ ਸਕੇਲ ਨਾਲ ਮਿਲਨੀ ਆ ਸੀਗੀਆਂ ਪਰਸੋਂ ਮੈਂ ਦੇ ਉੱਪਰ ਹੀ ਲਾਈਵ ਆਵਾਂਗਾ ਉਦੇ ਉੱਪਰ ਤੁਹਾਨੂੰ ਪੂਰਾ ਐਗਜ਼ੈਕਟਲੀ ਦੱਸ ਦਾਂਗਾ ਮਾਥ ਫॉर ਕੰਪੀਟੀਟਿਵ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ 120 ਕੁਐਸ਼ਨ ਆ ਰਹੇ ਹਨ 2.5x ਦਾ ਕੁਐਸ਼ਨ ਹੈ ਸਟੈਂਡਰਡ ਹੋ ਚੁੱਕਿਆ ਐਫਐਕਸ 2 ਘੰਟੇ ਲੋਟ ਹੋਣਗੇ ਉਹਦੇ ਵਿੱਚ ਰੀਜ਼ਨਿੰਗ ਆਊਗੀ 40 ਮਾਰਕਸ ਦੀ ਜੀਐਸ ਆ ਰਹੀ ਹੈ ਮੇਰੀ 80 ਮਾਰਕਸ ਇਸ ਥੈਟ ਆਲਸੋ ਕੰਟੇਨ ਪੰਜਾਬ ਜੀਕੇ ਤੋਂ 120 ਮਾਰਕਸ ਦਾ ਪੇਪਰ ਹੈ ਮਿਨੀਮਮ ਸਕੋਰਿੰਗ ਨੀਚੇ ਮੈਂਸ਼ਨ ਹੈ 45% 45% ਤੁਹਾਨੂੰ ਮਿਨੀਮਮ ਸਕੋਰ ਕਰਨਾ ਹੀ ਇਹਦਾ ਮਤਲਬ ਕੀ ਹੈ 54 ਮਾਰਕਸ ਸਟੂਡੈਂਟ ਨੂੰ ਲੈ ਕੇ ਆਣੇ ਪੈਣੇ ਨੇ ਇਸ ਤੋਂ ਨੀਚੇ ਦੇ ਜਨਰਲ ਕੈਟਾਗਰੀ ਦੀ ਗੱਲ ਕਰੀਏ ਤਾਂ ਉਹਦਾ ਪੇਪਰ ਨਹੀਂ ਮੰਨਿਆ ਜਾਊਗਾ ਤੁਹਾਡਾ ਪੇਪਰ ਦੀ ਸਿਲੈਕਸ਼ਨ ਚਾਹੇ ਤੁਹਾਡਾ ਫਰਸਟ ਰੈਂਕ ਕਿਉਂ ਨਾ ਆ ਜਾਏ ਬਰ ਤੁਹਾਡੀ ਸਿਲੈਕਸ਼ਨ ਨਹੀਂ ਮੰਨੀ ਜਾਊਗੀ ਤੇ 40% ਕਿਦੇ ਲਈ ਹੈ ਜੇ ਆਪਾਂ ਗੱਲ ਕਰਦੇ 48 ਮਾਰਕਸ ਹੈਗੇ ਆ ਕੈਟਾਗਰੀ ਲਈ ਤਾਂ 48 ਮਿਨੀਮਮ ਮਾਰਕਸ ਚਾਹੀਦੇ ਜਨਰਲੀ 54 ਪਰ ਜੇ ਆਪਾਂ ਕੰਪੀਟੀਸ਼ਨ ਦੇਖੀਏ ਇੰਨੀਆਂ ਜੌਬਸ ਲਈ ਤਾਂ ਤੁਸੀਂ ਲੈ ਕੇ ਚੱਲੋ ਰਫਲੀ ਤੁਹਾਨੂੰ 80 ਪਲੱਸ ਮਾਰਕਸ ਸੈਲੈਕਟ ਕਰਨੇ ਹੀ ਪੈਣੇ ਆ ਆਪਾਂ ਕੱਲੇ ਜੀਐਸ ਬੇਸ ਤੇ ਪੇਪਰ ਨਹੀਂ ਦੇ ਸਕਦੇ ਕੱਲੇ ਰੀਜ਼ਨਿੰਗ ਬੇਸ ਤੇ ਪੇਪਰ ਨਹੀਂ ਅਟੈਂਪਟ ਕਰ ਸਕਦੇ ਦੋਨੋਂ ਚੀਜ਼ਾਂ ਤੁਹਾਨੂੰ ਜ਼ਰੂਰੀ ਆ ਸਭ ਤੋਂ ਬੈਸਟ 파ਟ ਕੀ ਰਹਿੰਦਾ ਜੀ 네ਗੇਟਿਵ ਮਾਰਕਿੰਗ ਪੀਪੀਐਸਸੀ ਨਹੀਂ ਕੰਡਕਟ ਕਰਾਂਦੀ ਤਾਂ ਮਤਲਬ ਅਸੀਂ ਸਾਰੇ ਦੇ ਸਾਰੇ ਕੁਐਸਚਨਸ ਅਟੈਂਪਟ ਕਰਕੇ ਆਣੇ ਹੁੰਦੇ ਆ ਪੇਪਰ 'ਚ ਐਡਮਿਟ ਕਾਰਡਸ ਵਗੈਰਾ ਅਪਲੋਡ ਕਰ ਲਨਗੇ 8 1 2021 8 1 2021 ਤੱਕ ਤੁਹਾਡੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਤੇ 8 ਜਨ ਦੀ ਆਪਾਂ ਗੱਲ ਕਰੀਏ 2021 ਦੀ ਇਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਐਲੀਜੀਬਲ ਹੋ ਤੁਸੀਂ ਜੇ ਕਿਸੇ ਦੀ ਡਿਗਰੀ ਨਹੀਂ ਆਈ ਹੈ ਤੇ ਫਾਈਨਲ ਇਅਰ ਚ ਸੀਗਾ ਜਿਵੇਂ 30th ਦਸੰਬਰ ਨੂੰ ਹਰਿੰਦਰਪਾਲ ਜੀ ਤੁਹਾਡਾ ਕੁਐਸਚਨ ਹੈ ਕਿ ਤੁਹਾਡੇ ਕਾਲਜ ਤੋਂ ਇੱਕ अपन तो सर्टिफिकेट मिल जाता है प्रोविजनल तोलेज तो ले सकते भी पेपर्स हो चुके हैं तो भी एलिजिबल मने जाओगे सिटीजन होने चाहिए दे, इंडिया के नॉर्मल तो, है जी गाइडलाइन अठ जैन रजिस्ट्रेशन अपन स्टार्ट हो रही है और पंद्रह जैन तक लास्ट डेट है तो मतलब साढ़े कोफ टाइम है ਠੀਕ ਹੈ ਜੀ 8 ਜਨ ਤੱਕ ਤੁਸੀਂ ਫੀਸ ਡਿਪੋਜ਼ਿਟ ਕਰਾ ਸਕਦੇ ਹੋ 15 1 ਤੱਕ ਤੁਹਾਡਾ ਬੈਂਕ ਚਲਾਨ ਮੰਨ ਸਕਦਾ ਹੈ ਜੀ ਬੈਂਕ ਚਲਾਨ ਦਾ ਜਨਰਲੀ 48 ਆਵਰਸ ਦਾ ਟਾਈਮ ਲੈਂਦੀ ਹੈ ਪੀਪੀਐਸੀ ਵੈਬਸਾਈਟ ਤੇ ਅਪਲੋਡ ਕਰਨ ਲਈ ਤਾਂ ਆ ਦੋ ਚੀਜ਼ਾਂ ਉੱਪਰ ਹੀ ਸਾਰਾ ਪੇਪਰ ਆ ਰਿਹਾ ਤੇ ਸਭ ਤੋਂ ਵਧੀਆ ਗੱਲੇ ਦੇ ਵਿੱਚ ਕੀ ਹੈ ਜੀ देयर ਇਸ ਨੋ ਇੰਟਰਵਿਊ ਜੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਕੋਸਟਿੰਗ ਵਾਈਜ਼ ਹਮੇਸ਼ਾ ਜ਼ਿਆਦਾ ਹੁੰਦਾ ਜੀ 3000 ਰੁਪਏ ਹੈ 1100 ਬੱਚੇ ਬੜੇ ਸਟੈਂਡਰਡ ਹੀ ਹੈ ਹੁਣ ਆਪਣੀ ਕੋਈ ਵੀ ਜਵਾਬ ਆਉਂਦੀ ਹੈ ਪੀਪੀਐਸਸੀ ਦੀ ਆਪਾਂ ਇੱਕ ਸਟੈਂਡਰਡ ਫਿਕਸ ਕਰਿਆ ਹੋਇਆ ਵੀ ਇਹਦੇ ਅਕੋਰਡਿੰਗਲੀ ਆਣੀ ਹੈ ਪਰ ਜਿਹੜਾ ਇੰਪੋਰਟੈਂਟ ਪਾਰਟ ਆਪਾਂ ਗੱਲ ਕਰਨ ਲੱਗੇ ਇਹਦੇ ਵਿੱਚ ਕੋਈ ਇੰਟਰਵਿਊ ਨਹੀਂ ਹੈ ਜੇ ਇੰਟਰਵਿਊ ਨਹੀਂ ਹੈ ਤਾਂ ਇਹ ਆਪਣੇ ਕੋਲ ਬਹੁਤ ਸੁਨਹਿਰਾ ਮੌਕਾ ਹੈ ਨੈਪ ਤਹਿਸੀਲਦਾਰ ਲੱਗਣ ਦਾ ਕਿਉਂਕਿ 80+ 120 120 ਮੈਂ 80+ ਸਕੋਰ ਕਰਨਾ ਹੈ ਆਪਾਂ ਤੇ ਫੀਮੇਲ ਕੈਂਡੀਡੇਟਸ ਲਈ ਉਸ ਤੋਂ ਵੀ ਬੈਸਟ ਹੈ ਤੇ ਜੇ ਇਸ ਵਾਰ ਇੰਟਰਵਿਊ ਨਹੀਂ ਕਿਉਂਕਿ ਕਾਫੀ ਸਟੂਡੈਂਟਸ ਪੀਪੀਐਸਸੀ ਦੇ ਇੰਟਰਵਿਊ ਫੇਸ ਨਹੀਂ ਕਰ ਪਾਉਂ तो सब तो बेस्ट की है जी ये कोई इंटरव्यू नहीं है तो डोटली अपना रिटर्न बेस्ड होगा उसद आपको ओ एम आर शीट कलैक्ट करके जा सकते अपने पेपर की पी पी एससी हमेशा ओ एम आर शीट नाल दे 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 तो आप जा करे जाके भी चैक कर सकते हैं कि क्वेश्चन किस लैवल जी मेरे किन्ने नंबर बन रहे हैं नॉर्मल कोर्ड्स हैं हर एक पी पी एससी की नोटिफिकेशन के ही कोर्ड्स तो बार बार पूछे जाते तो नो इंटरव्यू है तो बेस्ट टाइम है आपू प्रिपेयर करके पेपर अपना अटैम्प्ट कर सकते हैं ठीक है जी डिसेबिलिटी डिसबिल थोड़े जे इकनोमिक वीकर सैक्शन लिय अपने जनरली कुछ प्रोविजनस दि होंगे वन 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 परसेंट अपने कोसट्रा दिता जाता है हाँ जी हले इतने तक कोई डाउट हो होे स्टूडेंट का एनेगजर है जी पे स्केल का बीनू वर्किंग करने आ चुके हैं जी दैट इज द इन ਹਾਂਜੀ ਬੈਚਸ ਦਾ ਬੈਚਸ ਦਾ ਤੁਹਾਨੂੰ ਦੱਸ ਦਿੰਦੇ ਆ ਜੀ ਬੈਚਸ ਦਾ ਵੈਸੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਇਆ ਹੋਇਆ ਹੈ ਬੈਚਸ ਸਾਡੇ 21st ਤੋਂ ਹੀ ਸਟਾਰਟ ਹੋ ਰਿਹਾ ਕਿਉਂਕਿ ਟਾਈਮ ਕੱਟ ਹੈ ਫੈਬਰੂਅਰੀ ਵਿੱਚ ਪੇਪਰ ਹੈ 21st ਦਸੰਬਰ ਚ 3pm ਤੋਂ ਸਾਡਾ ਬੈਚ ਸਟਾਰਟ ਹੋ ਰਿਹਾ ਜੀ ਇਹਦਾ ਨੈਪ ਤਹਿਸੀਲਦਾਰ ਦਾ ਡਿਸਕ੍ਰਿਪਸ਼ਨ ਦੇ ਵਿੱਚ ਐਪ ਦੇ ਉੱਪਰ ਕਲਾਸਿਸ ਹੋਣਗੀਆਂ ਲਾਈਵ ਕਲਾਸਿਸ ਹੋਣਗੀਆਂ ਪਲੱਸ ਇੱਕ ਗਵਰਨਮੈਂਟ ਬੈਚ ਅਸੀਂ ਲੈ ਕੇ ਆਏ ਆ ਇਹਦੇ ਵਿੱਚ ਬੀਪੀਐਸਸੀ ਪੀਸੀ ਸਾਰੇ ਕਵਰ ਹੋਣਗੇ ਜਿੰਨੇ ਵੀ ਗਵਰਨਮੈਂਟ अपने पीपीएससी पेपर कंडक्ट कराओगे। नेक्स्ट जी जेडे काफ़ी बार बच्चे क्वेश्चन कर रहे ने जी लेटेस्ट नेक्स्ट अपडेट की आया है दैट इज अगेन अबाउट पंचायती राज डिपार्टमेंट दैट इज अगेन अबाउट पंचायती राज डिपार्टमेंट तो पंचायती राज डिपार्टमेंट बारे गल करते हैं जी देखिए कल दी कुछ नोटिफिकेशन दोटिफिकेन कैंप ਨੰਬਰਿੰਦਰ ਸਿੰਘ ਲੈਟ ਗਵਰਨਮੈਂਟ ਹੈਸ ਡਿਸਾਈਡਡ ਟੂ ਰਿਵਰਟ ਟੂ ਪੀਪੀਐਸਸੀ ਪਟਿਆਲਾ ਫਾਰ ਰਿਕਰੂਟਮੈਂਟ ਆਫ 81 ਪੋਸਟ ਆਫ ਜੂਨੀਅਰ ਇੰਜੀਨੀਅਰ ਇਨ ਦਾ ਵਿੰਗ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ ਮਤਲਬ ਪੰਚਾਇਤੀ ਰਾਜ ਜੇਹੀ ਦੀ ਜਿਹੜੀ ਰਿਕਰੂਟਮੈਂਟ ਹੈ ਮੇਰੀ ਲਾਸਟ ਵੀਡੀਓ ਜੇ ਤੁਸੀਂ ਚੈੱਕ ਕਰੋਗੇ ਦੇ ਵਿੱਚ ਆਪਾਂ ਦੋ ਪ੍ਰੋਬੈਬਿਲਟੀਆਂ ਦੱਸੀਆਂ ਸੀਗੀਆਂ ਯਾ ਤਾਂ ਪੇਪਰ ਪੀਪੀਐਸਸੀ ਯਾ ਤਾਂ ਪਰਵਰ ਕਿਸ ਤੋਂ ਬਾਅਦ ਲਊਗਾ ਪੇ ਸਕੇਲ ਤੋਂ ਬਾਅਦ ਲਊਗਾ ਰਿਵੀਜ਼ਨ ਤੋਂ ਤਾਂ ਹੁਣ ਇਹ ਪੇਪਰ ਕਿਹਦੇ ਕੋਲ ਆ ਗਿਆ ਜੀ ਪੀਪੀਐਸਸੀ ਕੋਲ ਆ ਗਿਆ ਹੈ ਜੇ ਪੀਪੀਐਸਸੀ ਦੀ ਆਪਾਂ ਗੱਲ ਕਰੀਏ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਤਾਂ ਪੀਪੀਐਸਸੀ ਦਾ ਹੁਣ ਪੇਪਰ ਕੰਡਕਟ ਕਰਾਊਗਾ ਸਿਮਿਲਰ ਪੈਟਰਨ ਹੋਊਗਾ 네ਗੇਟਿਵ ਮਾਰਕਿੰਗ ਦੇ ਵਿੱਚ ਨਹੀਂ ਹੋਊਗਾ ਜੇ ਪੈਟਰਨ ਕਿੱਦਾਂ ਬਦਲ ਜਾਊਗਾ 2.5 ਮਾਰਕਸ ਦਾ ਕੁਐਸਚਨ ਆ ਜਾਣਾ ਹੈ ਜਿਸ ਤਰ੍ਹਾਂ ਪਹਿਲਾਂ ਸੀਗਾ ਤੇ 100 ਤੋਂ 20 ਇਸ ਤਰ੍ਹਾਂ ਦੀ ਡਿਸਟ੍ਰਿਬਿਊਸ਼ਨ ਹੋ ਜਾਣੀ ਹੈ ਜੀ ਹੁਣ ਪੀਪੀਐਸਸੀ ਵੱਲੋਂ ਠੀਕ ਹੈ ਜੀ ਤਾਂ 81 ਜੌਬਸ ਐ ਜਿਹੜੇ ਸਟੂਡੈਂਟਸ ਕਹਿ ਰਹੇ ਸੀਗੇ ਆਪਣੀ ਪ੍ਰੈਪਰੇਸ਼ਨ ਨਹੀਂ ਹੋ ਪਾਈ ਇਸ ਟਾਈਮ ਤੇ ਤਾਂ ਉਹਨਾਂ ਲਈ ਵਧੀਆ ਬਟ ਜਿਨ੍ਹਾਂ ਦੀ ਪ੍ਰੈਪਰੇਸ਼ਨ ਚੱਲ ਰਹੀ ਸੀਗੀ ਉਹਨਾਂ ਲਈ ਥੋੜਾ ਜਿਹਾ ਲਾਸ ਹੈ ਕਿਉਂਕਿ ਥੋੜਾ ਡੀਮੋਟੀਵੇਸ਼ਨ ਹੋ ਜਾਣੇ ਬਟ ਸਟੇਟਸ ਕਲੀਅਰ ਹੋ ਚੁੱਕਿਆ ਹੈ ਜੀ ਪੀਪੀਐਸਸੀ ਇਹਦਾ ਪੇਪਰ ਕੰਡਕਟ ਕਰਾਊਗੀ ਤਾਂ ਇੱਕ ਬੈਨੀਫਿਟ ਕੀ ਹੈ ਕਿ ਪੇਪਰ ਦਾ ਲੈਵਲ ਇੰਨਾ ਹਾਈ ਨਹੀਂ ਆਊਗਾ ਜਿੰਨਾ ਪਹਿਲਾਂ ਤੋਂ ਆ ਰਿਹਾ ਸੀਗਾ ਹਾਂਜੀ ਕੁਐਸ਼ਨਸ ਬਾਰੇ ਦੱਸ ਦਿੰਦੇ ਜੀ ਥਾਪਰ ਨਹੀਂ ਹੋਣ ਲਾਊਗਾ ਫਾਰਮ ਚਾਹਦਾ ਵਾਟਰ ਸਪਲਾਈ ਨਾਲ ਹੋਊਗਾ ਅਤਿੰਦਰ ਜੀ ਦੇਖੋ ਇਹਦੇ ਉੱਪਰ ਡਿਪੈਂਡ ਕਰਦਾ ਹੈ ਬਟ ਤੁਹਾਡੀ ਫੀਸ ਅਲੱਗ ਤੋਂ ਲੱਗੂਗੀ ਇਵਨ ਇਟ ਇਜ਼ ਕੰਡਕਟਿਡ ਵਿਦ ਵਾਟਰ ਸਪਲਾਈ ਪੀਪੀਐਸਸੀ ਦਾ ਜੇ ਵਾਟਰ ਸਪਲਾਈ ਨਾਲ ਵੀ ਕੰਡਕਟ ਹੁੰਦੀ ਹੈ ਤਾਂ ਇਹਦੀ ਫੀਸ ਫਿਰ ਵੀ ਅਲੱਗ ਹੋਊਗੀ ਹਾਲੇ ਤੱਕ ਗਾਈਡਲਾਈਨ ਸਿਰਫ ਪੀਪੀਐਸਸੀ ਨੂੰ ਡਾਇਰੈਕਟ ਕੀਤਾ ਹੈ ਪੀਪੀਐਸਸੀ ਕੋਲ ਚਿੱਠੀ ਆਈ ਹੈ थापर वाली चीज हट के कि भाई इस पे स्केल आ रिकुटमेंट करनी हाले पी पी एससी ने डिसाइड नहीं किता है भी तो ये किया पेपर मैं वाटर सप्लाई नाल मर्ज कराँ या ना करा जी देखो उन पंचायती राज दा जे ये मर्जिंग हो जाती है यदि तो जेड़ा अपना जैन दे विच पेपर होना है वो डिले हो जाएगा ਬਟ ਮਰਜਿੰਗ ਦੇ ਚਾਂਸਸ ਥੋੜੇ ਕੱਟਨੇ ਕਿਉਂਕਿ ਉਥੋਂ ਵਿਡਰੋਅ ਹੋਊਗੀ ਤੁਹਾਡੀ ਫੀਸ ਇਧਰੋਂ ਡਿਪੋਜ਼ਿਟ ਹੋਊਗੀ ਕਿਉਂਕਿ ਜੇ ਸੇਮ ਏਜੰਸੀ ਹੁੰਦੀ ਪੀਪੀਐਸਸੀ ਹੀ ਜਿਵੇਂ ਪੀਸੀਐਸ ਚ ਹੋਇਆ ਸੀਗਾ ਤਾਂ ਉਹਦੇ ਵਿੱਚ ਕੀ ਹੋਇਆ ਰਿਵਾਈਸ ਵਿਡਰੋਅ ਕਰਕੇ ਅਗੇਨ ਐਡਵਰਟਾਈਜ਼ਮੈਂਟ ਕਰਤੀ ਤਾਂ ਨੈਕਸਟ ਤੋਂ ਉਹ ਫੀਸ ਦੁਆਰਾ ਪਰਨ ਦੀ ਲੋਡ ਨਹੀਂ ਸੀਗੀ ਦੁਆਰਾ ਪਰਨ ਦੀ ਫੀਸ ਲੋਡ ਮਤਲਬ ਉਹ ਹੀ ਐਡਜਸਟ ਕਰ ਲਈ ਕਿਉਂਕਿ ਏਜੰਸੀ ਇੱਕ ਸੀਗੀ ਇਸ ਵਾਰ ਕੀ ਹੋ ਰਿਹਾ ਪੀਪੀਐਸਸੀ ਐਂਡ ਥਾ ਪਰ ਆ ਡਿਫਰੈਂਟ ਏਜੰਸੀਜ਼

नैक्सट वीक तक दस दें सिलेबस सेम रहने एज़ पर एडवर्टिजमेंट या सिलेबस चेंज होगा वैसे अभी तक एक्सपैक्टेड जो पी पी एससी एग्जैक्टली exactly फॉर्म गल नहीं हो पाई है बट आप गल करिए सिलेबस सेम रहूगा थापर वाले बट अगर पी पी एस सी चाहिए तो अपने पैटर्न पेपर कंडक्ट करा सकती है हाँ जीब यूनिवर्सिटी दे सकती है हरिंदरपाल जी थो प्रोविजनल सर्टिफिकेट प्रोवाइड कर सद हाँ जी फॉर्म थोन दुबारा फिल करने पैने है ਫਾਰਮਸ ਦੁਆਰਾ ਫਿਲ ਕਰਨੇ ਪੈਣੇ ਆ ਜੀ ਕਿਉਂਕਿ ਹੁਣ ਪੀਪੀਐਸਸੀ ਦੇ ਸਾਈਡ ਤੇ ਫਾਰਮ ਫਿਲ ਹੋਣਗੇ ਪਹਿਲਾਂ ਥਾਪੜ ਦੀ ਸਾਈਡ ਤੇ ਹੋਏ ਸੀਗੇ ਠੀਕ ਹੈ ਨੈਕਸਟ ਵੀਕ ਚ ਐਡਵਰਟਾਈਜ਼ਮੈਂਟ ਆ ਰਹੀ ਹੈ ਇਹ ਵਾਲੀ ਵੀ ਵੈਸੇ ਤੁਹਾਨੂੰ ਦੱਸ ਦਿੰਦਾ ਪੀਪੀਐਸਸੀ ਵੱਲ ਲੈਟਰ ਜਾ ਚੁੱਕੀ ਹੈ ਜੀ ਅੱਜ ਰਿਸੀਵਿੰਗ ਹੋਈ ਹੈ ਸੈਟਰਡੇ ਸੰਡੇ ਬੰਦ ਰਹੂਗਾ ਆਫਿਸ ਮੰਡੇ ਤੋਂ ਨੈਕਸਟ ਵੀਕ ਦੇ ਵਿੱਚ ਇਹਦੀ ਐਡਵਰਟਾਈਜ਼ਮੈਂਟ ਆਊਟ ਹੋ ਜਾਊਗੀ ਜੇ ਜੈਦਾ ਐਗਜ਼ਾਮ ਨੀਰਜ ਬਲੰਗਨ ਜੀ ਹਾਂਜੀ ਫਿਲ ਕਰ ਸਕਦੇ ਹੋ ਤੁਸੀਂ ਦੇ ਲੋ ਜੀ ਬਾਕੀ ਡਿਪਾਰਟਮੈਂਟ ਚ ਕਾ ਦਾ ਆਣ ਗਿਆ ਫਿਰ ਜਿਵੇਂ ਜਿਵੇਂ ਇੱਕ ਇੱਕ ਨੋਟੀਫਿਕੇਸ਼ਨ ਆ ਰਹੀ ਹੈ ਐਦਾ ਹੀ ਤੁਸੀਂ ਦੇਖੋਗੇ ਹੌਲੀ ਹੌਲੀ ਆਪਣੇ ਹੋਰ ਨੋਟੀਫਿਕੇਸ਼ਨਸ ਵੀ ਆਊਟ ਹੋ ਜਾਣਗੀਆਂ ਹੁਣ ਕਾਫੀ ਜੌਬਸ ਆ ਰਹੀਆਂ ਤੁਹਾਡੇ ਸਾਹਮਣੇ ਹੀ ਆ ਵਾਟਰ ਸਪਲਾਈ ਦਾ ਪੇਪਰ ਜੀ ਹਲੇ ਤੱਕ ਤਾਂ ਜਨ ਦੇ ਵਿੱਚ ਐਕਸਪੈਕਟਿਡ ਹੈ ਜਨ ਇਹਨਾਂ ਦਾ ਸਲੋਟ ਟੋਟਲੀ ਫ੍ਰੀ ਰੱਖਿਆ ਹੋਇਆ ਕਿਉਂਕਿ ਜਿਹੜੀ ਅੱਜ ਨੈਪ ਤਹਿਸੀਲਦਾਰ ਦੀ ਵੀ ਆਈ ਹੈ ਉਹ ਵੀ ਫੈਬ ਦਿੰਦੀ ਹੈ ਇਹਨਾਂ ਨੇ ਨੈਪ ਤਹਿਸੀਲਦਾਰ ਨੂੰ ਵੀ ਫੈਬ ਦਿੱਤਾ ਹੈ ਪੀਸੀਐਸ ਨੂੰ ਵੀ ਫੈਬ ਦਿੱਤਾ ਹੈ ਜਨ ਹਲੇ ਪੂਰਾ ਸਲੋਟ ਫੇਰ ਖਾਲੀ ਪਿਆ ਹੈ ਇਹਨਾਂ ਕੋਲ ਹਾਂ ਜੇ ਮਰਜ ਕਰ ਦਿੰਦੇ ਆ ਆਰਡਰ ਸਪਲਾਈ ਤੇ ਪੰਚਾਇਤੀ ਰਾਜ ਤਾਂ ਪੇਪਰ ਲੇਟ ਹੋ ਸਕਦਾ। ਅਣੀ ਜੇ ਜਰਨਲ ਕੈਟਾਗਰੀ ਲਈ ਆਸਤਾ ਜੀ ਜ਼ਰੂਰੀ ਨਹੀਂ ਆ। ਹਾਂਜੀ ਪੀਯੂਜੀ ਪਰ ਨਾਲ ਨਾਲ ਤੁਹਾਨੂੰ ਵੀ ਮਿਹਨਤ ਕਰਨੀ ਪੈਣੀ ਹੈ ਜੀ। ਸਾਡਾ ਨੈਬ ਤਹਿਸੀਲਦਾਰ ਦਾ ਜੀ ਮੰਡੇ ਤੋਂ ਹੀ ਸਟਾਰਟ ਹੋ ਰਿਹਾ। ਤੇ ਜਿਹੜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੂੰ ਜਾਣਾ ਚਾਹੁੰਦੇ ਆ ਜਿਨ੍ਹਾਂ ਦਾ ਡ੍ਰੀਮ ਹੈ ਕਿ ਮੈਂ ਐਚਸੀਐਸ HAS PCS ਹੀ ਕਰਨਾ ਹੈ ਜਾਂ ਨੈਪ ਤਹਿਸੀਲਦਾਰ ਕਰਨਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਇਸ ਤੋਂ ਬਾਅਦ ਵੀਡੀਓ ਆ ਰਹੀ ਹੈ ਇੱਕ 40 ਤੇ ਉਹਦੇ ਉੱਪਰ ਮੈਂ ਆਪਾਂ ਹਰਿਆਣਾ ਦੇ ਇੱਕ ਆਫੀਸ਼ਲ ਲੈਟਰ ਹੈ ਸਾਡੇ ਕੋਲ ਹਾਲੇ ਹਰਿਆਣਾ ਨੇ ਆਊਟ ਨਹੀਂ ਕੀਤਾ ਪਰ ਹਰਿਆਣਾ ਦੇ ਵਿੱਚ ਵੀ ਸੇਮ ਆ ਰਹੀ ਹੈ ਹਾਂਜੀ ਦੇ ਦਊਗੀ ਹਰਿੰਦਰਪਾਲ ਜੀ जी हरियाणा काफ़ी स्टूडेंट जुड़े हुए हैं जी हरियाणा की एच सी एस की नोटिफिकेशन है जी एक चाली थे नैक्स वाली देना ऑफिशियल लैटर दिखाव जिथे उन्होंने दस्या होच सी एस दोटिफिकेशन एच सी एस द पेपर कंडक्ट कराया जाए एच सी एस देपर कंडक्ट कराया जाए हाँ जी जेल सुप्रीटेंडिट जी ये पीसीएस प्रिलमस भी असी कवर करके चला क्योंकि तो सिलेबस सेम हो गया बस उस अपने एप्टीट्यूड वाला पार्ट ज्यादा तो पीसीएस भी एक्ट कवरअप हो जाऊगा ਤانوں ਤੁਸੀਂ ਸਾਨੂੰ ਐਪਟੀਟਿਊਡ ਵਾਲੀ ਕਲਾਸਿਸ ਵੀ ਅਸੀਂ ਇਹਦੇ ਵਿੱਚ ਐਕਸੈਸ ਦੇ ਦਾਂਗੇ ਕਿ ਸਾਡਾ ਏਮ ਹਲੇ ਚੱਲ ਰਿਹਾ ਹੈ ਗਵਰਨਮੈਂਟ ਜੌਬ ਕੋਈ ਵੀ ਆਵੇ ਤੁਹਾਡੀ ਪੂਰੀ ਪ੍ਰੈਪਰੇਸ਼ਨ ਹੋ ਜੇ ਇਹਦੇ ਵਿੱਚ ਹਾਂਜੀ ਜਿਹੜੀ ਮਲਵਿੰਦਰ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਹੁਣ ਜਿਹੜੀ ਪੀਸੀਐਸ ਪੰਚਾਇਤੀ ਰਾਜ ਹਲੇ ਪੇਪਰ ਕੱਢਣਗੇ ਪੀਪੀਐਸਸੀ ਦਾ ਜੀ ਉਹਦੇ ਵਿੱਚ 33% ਫੀਮੇਲ ਕੈਂਡੀਡੇਟਸ ਨੂੰ ਚਲੀ ਜਾਣਗੀਆਂ ਸੀਟਾਂ 33% ਫੀਮੇਲ ਕੈਂਡੀਡੇਟਸ ਨੂੰ ਸੀਟ ਚਲ ਜਾਨਗੀਆਂ ਨਾਨ ਟੈਕ ਸਲੇਵਰ ਜਿਵੇਂ ਹਾਲੇ ਪੈਟਰਨ ਚੱਲ ਰਿਹਾ ਉਸੇ ਪੈਟਰਨ ਤੇ ਹੋਊਗਾ ਨੈਕਸਟ ਵੀਕ ਦੇ ਵਿੱਚ ਤੁਹਾਨੂੰ ਪੀਪੀਸੀ ਤੋਂ ਅਸੀਂ ਪਹਿਲਾਂ ਦੱਸ ਦਾਂਗੇ ਐਡਵਰਟਿਸ ਜਿਵੇਂ ਆਪਾਂ ਪਹਿਲਾਂ ਐਡਵਰਟਾਈਜ਼ਮੈਂਟ ਤੋਂ ਪਹਿਲਾਂ ਦੱਸ ਰਹੇ ਹਾਂ ਇਹ ਵੀ ਚੀਜ਼ ਤੁਹਾਨੂੰ ਨੈਕਸਟ ਵੀਕ ਦੇ ਐਡਵਰਟਾਈਜ਼ਮੈਂਟ ਤੋਂ ਪਹਿਲਾਂ ਦੱਸ ਦਾਂਗੇ ਦੱਸਤਾ ਜੀ ਸ਼ੁਭਮ ਸ਼ਰਮਾ ਜੀ ਪੰਚਾਇਤੀ ਰਾਜ ਵਾਲੇ ਦੱਸਤਾ ਇਲੈਕਟ੍ਰੀਕਲ ਦੀ ਰੀਪਕ ਜੀ ਆਣ ਗਈਆਂ ਹੁਣ ਮਤਲਬ ਤੁਸੀਂ ਲਾ ਲਓ ਅਗਲੀ ਵਾਲੀ ਇਲੈਕਟ੍ਰੀਕਲ ਦੇ ਜੀ ਇਹਦੇ ਵਿੱਚ ਤੁਹਾਨੂੰ ਪੂਰਾ ਮਤਲਬ ਤੁਸੀਂ ਪੇ ਸਕੇਲ ਵਾਲੀ ਗੱਲ ਕਰ ਰਹੇ ਹੋ ਤੁਹਾਨੂੰ ਬੇਸਿਕ ਨਹੀਂ ਮਿਲ ਰਹੀ ਹਲੇ ਫੁੱਲੀ ਮਿਲ ਰਹੀ ਹੈ ਪਰ ਕਨਸੋਲੀਡੇਟਿਡਲੀ ਮਿਲ ਰਹੀ ਹੈ ਕਨਸੋਲੀਡੇਟਿਡਲੀ ਮਿਲਦੀ ਹੈ ਕਿਹੜੇ ਮਿਲੂਗਾ ਤੁਹਾਨੂੰ ਕਨਸੋਲੀਡੇਟਲੀ ਜੇ ਕਾਮਨ ਪੇਪਰ ਗਗਨਦੀਪ ਜੀ ਗੱਲ ਚੱਲ ਰਹੀ ਜੇ ਕਾਮਨ ਪੇਪਰ ਹੋ ਗਿਆ ਤਾਂ ਆਪਣਾ ਪੇਪਰ ਡਿਲੇ ਹੋ ਜਾਊਗਾ ਪੇਪਰ ਵਿਲ ਗੈਟ ਡਿਲੇਡ फिर वो सीधा मार्च से जाऊगा पी पी एच के द्वारा फॉर्म फिल करने पैने नवजीत जी ऑफलाइन ऑनलाइन बैचिज ली कॉल कर सकते हो सारे, सारे बैचिज अवेलेबल है हम लुधियाना बठिंडा सारी ब्रांचेस भी एक्टिवेट हैं। तो किसी तो भी कर सट लिमिटेड सीट्स रनलाइन लिये सही रह कवलप्रीत जी लुधियाने ले लेके आवोंगे वीडियो कोई गल नहीं ਸਰ ਜਿਨ੍ਹਾਂ ਨੇ ਪਹਿਲਾਂ ਥਾਪਰ ਦਾ ਕੋਰਸ ਬਾਇ ਕੀਤਾ ਜਗਮਨ ਪੀਜੀ ਉਹ ਆਪਾਂ ਚੈੱਕ ਕਰ ਲਾਂਗੇ ਜੇ ਤਾਂ ਸੇਮ ਸਿਲੇਬਸ ਰਿਹਾ ਫਿਰ ਤਾਂ ਤੁਹਾਡੇ ਲਈ ਕੋਈ ਇਸ਼ੂ ਨਹੀਂ ਹੈ ਇਫ ਇਟ ਇਜ਼ ਫॉर ਸੇਮ ਸਿਲੇਬਸ ਬਟ ਅਗਰ ਸਿਲੇਬਸ ਵਾਸਟ ਕਰਤਾ ਤਾਂ ਥੋੜੀ ਜੀ ਵਰੀਏਸ਼ਨ ਹੋਊਗੀ ਕਿ ਅਰਥਕੁਇਕ ਵਗੈਰਾ ਚੈਪਟਰਸ ਇਹਨਾਂ ਨੇ ਐਡ ਕਰ ਲਏ ਨੇ ਹਾਂਜੀ ਨਵਜੀਤ ਜੀ ਮਿਲ ਜਾਣਗੇ ਤੁਹਾਨੂੰ ਜੀ ਹਰਿਆਣਾ ਸਟੂਡੈਂਟ ਦਿਨੇਸ਼ ਜੀ ਫਿਲ ਕਰ ਸਕਦੇ ਆ ਬਟ ਤੁਹਾਡੇ ਕੋਲ 10ਵੀਂ ਚ ਪੰਜਾਬੀ ਚਾਹੀਦੀ ਹੈ 10th ਚ ਪੰਜਾਬੀ ਚਾਹੀਦੀ ਹੈ तपेश जी एक्चुअल में अदर स्टेट में क्या माना जाएगा ना आपकी एलिजिबिलिटी पूरी होनी चाहिए अगर आप पंजाबी है टेंथ में तो आप वो कैंडिडेट्स वाले में ले सकते हो अगर आप वैसे नहीं एलिजिबल हो गए उस पेपर अगर आपके पंजाबी नहीं है गगनदीप जी पे स्केल बारे गाल करिए हाँ जी हरजीत जी, जी प्रोवाइड करा रहे हैं यहाँ से जा रहे हैं एक दो दिनों में गाड़ी जाएगी तो वहां पे आपके पहुंच जाएगा बठिंडा हाँ जी कंसोलिडेटली मानी जाती है फुल सेंटर की पे मिलेगी सेंटर पे स्केल मिलेगा दैट इज सेंटर पे स्केल तो ये चीज बेनिफिट है बट लॉन्ग टर्म च यह चीज अपन लॉस दे देंगी है जिन्नी पहला मिलनी सी तीन साल प्रोबेशन तो बाद उन्नी ज्यादा तनखा नहीं होगी पर शुरू तो ज्यादा मिलनी शुरू हो जाएगी जगमन जी डिपेंड करेगा मैं थोड़ा दस तना सिलेबस के उपर डिपेंड करूगा सारा ਇਥਾ ਪਰ ਆਕਰਸ਼ਣ ਜੀ ਕਿਉਂ ਨਹੀਂ ਲੈ ਰਿਹਾ ਥਾਪਰ ਦਾ ਇੱਕ ਸਿੰਪਲ ਰੀਜ਼ਨ ਆ ਹੈ ਥਾਪਰ ਪੇਪਰ ਤੇ ਪੀਪੀਐਸਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਦੋਨਾਂ ਦੇ ਵਿੱਚ ਵਧੀਆ ਅੰਡਰਸਟੈਂਡਿੰਗ ਨਹੀਂ ਹੈ ਪੀਪੀਐਸਸੀ ਹੁਣ ਟੋਟਲੀ ਏਜੰਸੀ ਹੈ ਦਾ ਇੱਥੇ ਤੁਸੀਂ 3000 ਰੁਪਏ ਦੇ ਰਹੇ ਹੋ ਤੇ 1000 ਦੇ ਰਹੇ ਹੋ ਤੇ ਪੀਪੀਐਸਸੀ ਆਲਮੋਸਟ ਜੇ ਹੀ ਲੀ ਜਦ ਇਹਨਾਂ ਨੇ ਫਾਈਨਲ ਕਰਤੀ ਜੇ ਥਾਪਰ ਦਾ ਪੇ ਸਕੇਲ ਕੋਰੀਜੈਂਡਮ ਇੱਥੇ ਆ ਜਾਂਦਾ ਇਹ ਡੇਟ ਆਫ ਪੇਪਰ ਇੱਥੇ ਆ ਜਾਂਦੀ ਫਿਰ ਆਪਾਂ ਇਹਦੇ ਉੱਪਰ ਕਰ ਸਕਦੇ ਸੀਗੇ ਜੇਲ ਸਟੂਡੈਂਟਸ ਇਕੱਠੇ ਤਿਆਰੀ ਹੋ ਜਾਈਗੀ ਜੀ ਪੀਯੂਐਸਜੀ ਮੈਂ ਤੁਹਾਨੂੰ ਲਿੰਕ ਹੀ ਦੱਸ ਦਿੰਦਾ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਾਇਰੈਕਟਲੀ ਜਾ ਕੇ ਕਲਾਸਿਸ ਵੀ ਸਾਡੀ ਐਪ ਦੇ ਉੱਪਰ ਹੀ ਚੱਲਦੀਆਂ ਸਾਰੀ ਨੈਪ ਤਹਿਸੀਲਦਾਰ ਦਾ ਲੇਟੈਸਟ बैच ए आया हो पी पी एस सीबाबी नैब तहसीलदार ऑनलाइन कोर्स है इतने सारी क्लासेस लाइव दैट्स इंक्लूडिंग स्टडी मटीरियल हरियाणा का भी स्पैशल एक बैच स्टार्ट हो रहा है हरियाणा के एचसीएस सी एस बारे भी जो आप गल करिए हरियाणा का भी एक बैच स्टार्ट हो रहा है दैट इज हरियाणा एचसीएस एप डाउनलोड करोगे एडोसफेयर ऑनलाइन लर्निंग सोल्यूशन ਹਾਂਜੀ ਜੇਈ ਦਾ ਵੀ ਸਟਾਰਟ ਹੋ ਰਿਹਾ ਜੀ ਜੇਈ ਦਾ ਬੈਚ ਵੀ ਸਾਡਾ ਮੰਡੇ ਤੋਂ ਹੀ ਸਟਾਰਟ ਹੋ ਰਿਹਾ ਸਾਰੇ ਬੈਚਸ ਕਲਬੋ ਕੇ ਹੋ ਰਹੇ ਆ 10 ਇੰਸੋਲੇਰ ਰੂਲ ਖਤਮ ਹੋ ਜਾਊਗਾ ਜੀ ਹਾਂਜੀ ਅਦਿੱਤਿਆ ਜੀ ਪੰਜਾਬ ਵਾਲਿਆਂ ਨੇ ਹੁਣ ਕੀ ਕਰ ਸਕਦੇ ਆ ਜੇਈ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਂ ਤੁਹਾਨੂੰ ਜੇ ਸਰਪ੍ਰਾਈਜ਼ ਦਵਾਂ ਤਾਂ ਉਹ ਚ ਬਹੁਤ ਜਵਾਬਦਾਨ ਗਿਆ ਉਹ ਚ 50 60 ਵਾਲਾ ਸਿਸਟਮ ਨਹੀਂ ਆਊਗਾ ਜੇਈ ਇਰੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਕਿ ਕਿਆ ਹਲੇ ਚਲੋ ਵੈਸੇ ਕਿਸ ਨੇ ਗੱਲ ਕੀਤੀ ਤਾਂ ਮੈਂ ਦੱਸ ਰਿਹਾ ਬਟ ਕਾਫੀ ਆਊਗੀ ਇਰੀਗੇਸ਼ਨ ਡਿਪਾਰਟਮੈਂਟ ਦੇ ਟੈਲੋਜੀ ਕਾਫੀ ਆਣ ਗਿਆ ਮੈਂ ਇਹ ਦੱਸ ਦਿੰਦਾ ਡੇਟ ਨਹੀਂ ਦੱਸਦਾ ਕਿ ਅਦਾ ਨਹੀਂ ਪਰ ਬਹੁਤ ਜ਼ਿਆਦਾ ਆਣ ਗਿਆ ਜਿਹੜੀ ਆਪਾਂ ਪੰਚਾਇਤੀ ਰਾਜ ਦੀ ਤੇ ਉਹਦੀ ਦੇਖ ਰਿਓ ਉਸ ਤੋਂ ਤਾਂ ਜ਼ਿਆਦਾ ਆਣ ਗਿਆ ਕਾਫੀ ਜ਼ਿਆਦਾ ਸੈਂਸ਼ਨਡ ਹੈ ਉਥੇ ਨੰਬਰਸ ਕਾਫੀ ਹਾਈ ਹੈ ਇਰੀਗੇਸ਼ਨ ਡਿਪਾਰਟਮੈਂਟ ਨੇ ਹਾਂਜੀ ਆਈਐਸ ਚ ਵੀ ਹੋ ਜਾਂਦੀ ਹੈ ਪੀਯੂਐਸਜੀ ਪਰ ਤੁਹਾਨੂੰ ਆਈਐਸ ਚ ਪਹਿਲੇ ਇੱਕ ਲਿੰਕ ਕਲਿੱਕ ਕਰਨਾ ਪੈਂਦਾ ਉਸ ਦੇ ਨਾਲ ਹੁੰਦੇ ਤੁਸੀਂ ਹੈਲਪਲਾਈਨ ਨੰਬਰ ਤੇ ਜਾ ਕੇ ਕਾਲ ਕਰਕੇ ਦੇਖ ਸਕਦੇ ਹੋ onlineclasses.edusphere.com ਤੇ ਵਿੱਚ ਹੈ लाइव क्लासिज होंगे जी सारिया बट ये चलो जू मंथस ने थोड़े जन सारी क्लासिट्रैस का मतलब की है भी ज्यादा क्लासि न्यू ईयर वगैरह से कोई छुट्टी नहीं होगी कोई क्रिसमस की छुट्टी नहीं रैगुलर चलन क्लासि थोड़ी व्डिया क्लासिस चलन तहसीलदारेम है जी एस ऑफ जीएसटी ऑफ रीजनिंग वन ट्वेंटी क्वेस् आएंगे टू पॉइंट फाइव मार्क्स का क्वेश्चन होगा ਬੈਸਟ ਪਾਰਟ ਕੀ ਹੈ ਜੀ 네ਗੇਟਿਵ ਮਾਰਕਿੰਗ ਨਹੀਂ ਹੈ ਤੇ ਇੰਟਰਵਿਊ ਨਹੀਂ ਹੈ that is the best part 네ਗੇਟਿਵ ਮਾਰਕਿੰਗ ਵੀ ਨਹੀਂ ਹੈ no interview is there ਹਾਂਜੀ ਵਾਟਰ ਸਪਲਾਈ ਦੀ ਨੋਟੀਫਿਕੇਸ਼ਨ ਦੇ ਵਿੱਚ ਜੀ ਵਿਰੇਂਦਰ ਸਿੰਘ ਜੀ ਰਿਜ਼ਰਵਡ ਹੈ 33% ਇਰੀਗੇਸ਼ਨ ਦਾ ਵੀ ਜੀ ਹੁਣ ਪੀਪੀਐਸਸੀ ਕੰਡਕਟ ਕਰਾਊਗੀ ਨਾਇਅਬ ਕਿਸੇ ਬੋਰਡ ਕੋਲ ਜਾ ਰਹੇ ਹੁਣ ਪੀਪੀਐਸਸੀ ਫਾਈਨਲ ਹੈ ਤਾਂ ਹੁਣ ਜਿਹੜੇ ਬੱਚੇ ਤਿਆਰੀ ਕਰ ਰਹੇ ਸੀਗੇ ਥਾਪੜ ਦੇ ਪੇਪਰ ਨੂੰ ਏਮ ਮੰਨ ਕੇ ਤਾਂ ਉਹ ਛੋੜ ਦਿਓ ਜੀ ਹੁਣ ਥਾਪੜ ਤੋਂ ਹੁਣ ਪੀਪੀਐਸਸੀ ਨੂੰ ਆਪਾਂ ਬੇਸ ਮੰਨਾਂਗੇ ਹੁਣ ਥਾਪੜ ਦੇ ਪੇਪਰ ਸਾਡੇ ਲਈ ਇੰਨੇ ਰਿਲੇਵੈਂਸ ਨਹੀਂ ਰਹਿਣਗੇ ਨਹੀਂ ਮੰਮਤਾ ਜੀ YouTube ਤੇ ਜਿਹਨ ਸਾਡੀ ਸਾਡੀ ਕਲਾਸਿਸ ਐਪ ਤੇ ਹੁੰਦੀਆਂ ਇੱਕ ਮੰਡੇ ਨੂੰ ਤੁਸੀਂ ਮੰਡੇ ਵਾਲੀ ਕਲਾਸ ਸਾਡੇ YouTube ਤੇ ਦੇਖ ਸਕਦੇ ਹੋ ਹਾਂਜੀ ਚਾਂਸਸ ਹੈਗੇ ਹਰਿੰਦਰਪਾਲ ਜੀ ਅੰਟੀਨਲ ਅਨਲੈਸ ਇਹ ਦੋਨੋਂ ਨੋਟੀਫਿਕੇਸ਼ਨ ਆਪਣੀਆਂ ਵਾਟਰ ਸਪਲਾਈ ਵਾਲੀ ਮਰਜ ਨਹੀਂ ਹੁੰਦੀ ਇਹਦੇ ਨਾਲ ਜੇ ਨਹੀਂ ਮਰਜ ਹੋਈ ਤਾਂ ਜੈਨ ਚੀ ਪੇਪਰ ਹੋਗਾ ਜੇ ਮਰਜ ਹੋ ਗਈ ਇਹਦਾ ਲੇਟ ਹੋਊਗਾ ਪੀਐਸਟੀਸੀਐਲ ਦੀ ਵੀ ਦੀਪਕ ਜੀ ਇਹਦੇ ਨਾਲ ਹੀ ਆਊਗੀ ਹੁਣ ਪੀਪੀਐਸਸੀ ਇਹਦੇ ਉੱਪਰ ਵੀ ਹੋਲਡ ਕਰਨ ਲੱਗਿਆ ਹੋਇਆ ਲੋਕਲ ਬਾਡੀਜ਼ ਦਾ ਜੀ ਹੋਲਡ ਤੇ ਕਰਤੀਆਂ ਆਲਰੇਡੀ ਜਿਹੜੇ ਉਸਤੇ ਕੰਟਰੈਕਟ ਬੇਸਿਸ ਤੇ ਆਲਰੇਡੀ ਵਰਕ ਕਰ ਰਹੇ ਆ ਉਹਨਾਂ ਨੇ ਰੋਕਤਾ ਹੈ ਕੰਮ लोकल बॉडीज़ का तो लोकल बॉडीज़ का मे बी ये भी परमानेंट बेसिस ही आन बट टैंपरे होल्ड कर करता ठीक होगा जी इना ईजी भी नहीं कह सकते कॉम्पीटिशन हाई होगा पेपर दा लैवल तो ठीक होगा ईजी तो लैके मीडियम कह सकते हैं बट कंपटीशन लैवल काफ़ी हाई होगा जी एस डी ओ जी हो सकता हले एसडीओ बारे ज्यादा नहीं हले क्लास बी वाली जॉब ज़्यादा कट रहे हैं तो आ भी सकते हैं जी वह भी पेसकिल इन्ना राउंड ही आऊगा जिन्हें नैप तहसीलदार था डिपेंड करता जसवीर जी इट्स ऑल डिपेंड कि हाँ भी वो करना चाहते नहीं करना चाहते सेम सिलेबस क्योंकि वो रोल बैक और रोलबैक हो रही है एडवर्टीजमेंट नहीं एडवर्टीजमेंट ना लॉन्च हो रहा है हाँ जी मंडी बैच स्टार्ट हो रहे हैं ठीक है जी प्रिपरेशन रखिए जिमें आप कमेंट करॉब्स आन गिया जो जॉब्स तो आ ही रही हैं हौली 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 करके बटा पकड़ हाँ जी फी दोबारा लैन गया जपन जोत जी जनरल स्टडीज़ की कुछ भीडियोज़ देख सकते हो नैक्सट टाइम तो जनरल स्टडीज़ के उपर विक बना देंगे जी हाँ जी कमिंग मंडे तो जी स्टार्ट हो रहे हैं कमिंग मंडे तो क्लास अटेंड कर सकते हो मंडे तो पी पी एस सी के सारे बैचिज़ ही लॉन्च हो रहे हैं हाँ जी प्रीवियस ईयर संदीप जी प्रोवाइड हो जाएंगे प्रीवियस ईयर वैसे साड़ी बुक्स के सारे प्रीवियस ईयर है तो देख सकते हो पी पी एससी भी अच्छे पा लगे राइट ठीक है जी प्रिपरेशन रखो माइन नेम इज निप से आई एम साइनिंग आउट फॉर नाउ थैंक यू अपनी तैयारी रखो हूँ काफ़ी जॉब्स आन गए जी होर भी आन गया जी बट जी आ रही पहले आप ज़्यादा बैटर चीज़ है थैंक यू